ਸਰਸੀ ਸਿੰਘ ਜੀ ਵਿਰਕ ਐਸਐਸਪੀ ਬਰਿੰਡਾ ਜੀ ਸਤਿ ਸ੍ਰੀ ਅਕਾਲ ਜੀ ਆ ਤੁਹਾਡਾ ਸੀਆਈ ਸਟਾਫ ਦਾ ਗੁੰਡਾ ਗੁਰਵਿੰਦਰ ਸਿੰਘ ਸੀਆਈ ਵਨ ਚ ਲੱਗਿਆ ਹੋਇਆ ਇਹ ਜਨਾਬ ਪਿਛਲੇ 3 ਮਹੀਨਿਆਂ ਤੋਂ ਇਹ ਵਿਧਵਾ ਔਰਤ ਹੈ ਇਹਨੂੰ ਫਾਲੋ ਕਰ ਰਿਹਾ ਸੀ ਇਹਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਇਹ ਵਿਚਾਰੀ ਨੇ ਸਾਨੂੰ ਦੱਸਿਆ ਸਾਡੀ ਇਹ ਰਿਸ਼ਤੇਦਾਰ ਵੀ ਹੈ ਅਸੀਂ ਇਸ ਇਲਾਕੇ ਦੇ ਮੋਹਤਵਰ ਬੰਦੇ ਵੀ ਹਾਂ ਇਹਨੇ ਸਾਨੂੰ ਦੱਸਿਆ ਮੈਂ ਇਹਨੂੰ ਕਿਹਾ ਮਹੀਨਾ 20 ਦਿਨ ਪਹਿਲਾਂ ਤੇ ਮੈਨੂੰ ਕਹਿੰਦਾ ਕੁੱਜੀ ਦਾ ਤੈਨੂੰ ਵੀ ਟੰਗ ਦੂ ਕਿਤੇ ਤੇ ਜਵਾਕ ਮੈਨੂੰ ਕਹਿੰਦਾ ਤੈਨੂੰ ਵੀ ਟੰਗ ਦੂੰਗਾ ਉਸ ਤੋਂ ਬਾਅਦ ਇਹਨੇ 6 ਤਰੀਕ ਨੂੰ ਜੀ ਆਪਦੇ ਹੋਰ ਬੰਦਿਆਂ ਦੇ ਨਾਲ ਬੱਚੇ ਨੂੰ ਇਹਨੇ ਨੂੰ ਲੈ ਗਏ ਘਰੋਂ 20 ਸਾਲ ਦਾ ਬੱਚਾ ਇਹਦਾ ਡਿਪਲੋਮਾ ਕਰਦਾ ਓਟੀ ਦਾ ਵਿਚਾਰਾ ਬੈੱਡ ਤੇ ਸੀ ਕਰੋਨਾ ਹੋਇਆ ਵੈਸੇ ਚੁੱਕਰੋਂ ਲੈ ਗਏ ਵਿਰਕ ਸਾਹਿਬ ਇਹਨਾਂ ਦੀਆਂ ਲੋਕੇਸ਼ਨਾਂ ਕਢਾਓ ਇਹਨਾਂ ਦੀਆਂ ਲੋਕੇਸ਼ਨਾਂ ਕਢਾਓ ਵਿਰਕ ਸਾਹਿਬ 6 ਤਰੀਕ ਦੀਆਂ 9 ਵਜੇ ਦੀਆਂ ਇੱਥੋਂ ਘਰੋਂ ਲੈ ਗਏ ਗੱਡੀ ਲੈ ਗਏ ਮੋਟਰਸਾਈਕਲ ਲੈ ਗਏ 60,000 ਰੁਪਇਆ ਵਿਚਾਰੀ ਨੇ ਕਰੋਨਾ ਦਾ ਇਲਾਜ ਕਰਾਉਣ ਨੂੰ ਰੱਖਿਆ ਸੀ ਆਪਦੇ ਬੱਚੇ ਦਾ ਜ਼ਮੀਨ ਦਾ ਟਿੱਕਾ ਲੈ ਕੇ ਵਿਰਕ ਸਾਹਿਬ ਉਹ ਲੈ ਗਏ ਇਹ ਉਸ ਤੋਂ ਬਾਅਦ ਇਹਨੂੰ ਕਹਿ ਗਏ ਆ ਜਾ ਹੋਰ ਪੈਸੇ ਲਿਆ ਇਹਨੇ ਇੱਕ ਬੰਦਾ ਹਰਜੀਤ ਸਿੰਘ ਭੁੱਚੋ ਮੰਡੀ ਬਣਾਸ ਦਾ ਕੰਮ ਕਰਦਾ ਉਹ ਤੋਂ ਵਿਚਾਰੀ 1,00,000 ਰੁਪਇਆ ਫੜ ਕੇ ਲੈ ਕੇ ਗਈ 1,00,000 ਰੁਪਇਆ ਤੋਂ ਵਿਰਕ ਸਾਹਿਬ ਹੋਰ ਲੈ ਲਿਆ ਜਾ ਕੇ ਫਿਰ ਇਹਨੂੰ ਬਿਠਾ ਕੇ ਲਾਲ ਸਿੰਘ ਬਸਤੀ ਵੱਲ ਲੈ ਗਿਆ ਇਹਨੂੰ ਕਹਿੰਦਾ ਹੁਣ ਵੀ ਮੇਰੇ ਲੋਟ ਆਏਗੀ ਨਾ ਕਹਿੰਦਾ ਹੁਣ ਵੀ ਮੇਰੇ ਲੋਟ ਆਏਗੀ ਗੱਡੀ ਚ ਇਹਨਾਂ ਹਰਕਤਾਂ ਕੀਤੀਆਂ ਤੇ ਇਹ ਕਹਿੰਦੀ ਮੇਰਾ ਬੱਚਾ ਤਾਂ ਛੱਡ ਦਿਓ ਕਹਿੰਦੇ ਕੇਸ ਪਾਤਾ ਕਹਿੰਦੇ ਫਿਰ ਤੂੰ ਕਿਦੋਂ ਲੋਟ ਆਵੇਂਗੀ ਤੇ ਕੇਸ ਪਾਤਾ ਉਹਦੇ ਵਿਰਕ ਸਾਹਿਬ ਤੇ ਕੇਸ ਪਾਉਣ ਤੋਂ ਬਾਅਦ ਇਹ ਫੋਨ ਕਰਨ ਲੱਗ ਗਿਆ ਕਹਿੰਦਾ ਮੈਂ ਹੀ ਬਚਾ ਸਕਦਾ ਤੇਰੇ ਬੱਚੇ ਨੂੰ ਕਹਿੰਦਾ ਮੇਰੇ ਨਾਲ ਪਿਆਰ ਕਰ 100 ਤੋਂ ਵੱਧ ਰਿਕਾਰਡਿੰਗ ਹੈ ਵਿਰਕ ਸਾਹਿਬ ਇਹਦੀ 100 ਤੋਂ ਵੱਧ ਵਟਸਐਪ ਚੈਟ ਸਭ ਕੁਝ ਸਾਡੇ ਕੋਲ ਮੌਜੂਦ ਹੈ ਵਿਰਕ ਸਾਹਿਬ ਇਹ ਬੰਦਾ ਉਸ ਤੋਂ ਬਾਅਦ ਇਹਨੂੰ ਕਹਿੰਦਾ ਮੈਨੂੰ ਮੈਂ ਇਹਨੇ ਵਿਚਾਰੀ ਨੇ ਕਹਿੰਦੀ ਚੱਲ ਮੈਂ ਪਿੰਡ ਜਾਣਾ ਮੈਨੂੰ ਪੁੱਛੋ ਤੱਕ ਛੱਡਿਆ ਜੇ ਤੂੰ ਗੱਲਬਾਤ ਕਰਨੀ ਹੈ ਕਰ ਲਈ ਇਹਨੂੰ ਤਾਂ ਅਸੀਂ ਵੀ ਕੋਈ ਕਰਨੀ ਹੋਣੀ ਆ ਫਿਰ ਇਹਨੂੰ ਬਿਠਾਇਆ ਵਿਰਕ ਸਾਹਿਬ ਕੱਲ ਇਹਨੇ 11:45 ਤੇ ਕੱਲ 10 ਤਰੀਕ ਨੂੰ ਬੀਬੀ ਵਾਲੇ ਚੌਂਕ ਚੋਂ ਉਸ ਤੋਂ ਬਾਅਦ ਵਿਰਕ ਸਾਹਿਬ ਇਹ ਆਦੇਸ਼ ਹਸਪਤਾਲ ਦੇ ਕੋਲੇ ਆ ਕੇ ਇਸ ਬੰਦੇ ਨੇ ਪਾਸੇ ਸੰਤਸ ਰੋਡ ਤੇ ਗੱਡੀ ਲਾਈ ਗੱਡੀ ਲਾ ਕੇ ਇਹਦੇ ਨਾਲ ਬਲਾਤਕਾਰ ਕੀਤਾ ਵਿਚਾਰੀ ਨਾਲ ਇਹ ਜਦੋਂ ਇਹਨੂੰ ਪੁੱਛੋ ਮੰਡੀ ਉਤਾਰਿਆ ਇਹ ਉੱਥੇ ਡਾਕਟਰ ਹਰੀਸ਼ ਚੰਦਰ ਆਇਆ ਉਹਦੇ ਹਸਪਤਾਲ ਜਾ ਕੇ ਡਿੱਗ ਪਈ ਉਹ ਡਾਕਟਰ ਹਰੀਸ਼ ਚੰਦਰ ਦਾ ਭਤੀਜਾ ਬੰਟੀ ਉਹਦਾ ਮੈਡੀਕਲ ਸਟੋਰ ਹੈ ਉਹਨੇ ਇਹਨੂੰ ਪਾਣੀ ਪੂਣੀ ਪਾਇਆ ਤੇ ਗੋਲੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਅਸੀਂ ਵੀ ਉੱਥੇ ਮੰਡੀ ਸੀ ਜੀ ਅਸੀਂ ਆਏ ਅਸੀਂ ਇੱਥੇ ਵੀ ਚਲੋ ਕੋਈ ਨੀ ਕਰਾਂਗੇ ਗੱਲ ਪਹਿਲਾਂ ਇੱਥੇ ਸੁਣਦਾ ਤਾਂ ਕੋਈ ਹੈ ਨੀ ਨੇਰ ਕਰਦੀ ਪਈ ਹੋਈ ਹੈ ਉਸ ਤੋਂ ਬਾਅਦ ਵਿਰਕ ਸਾਹਿਬ ਇਹ ਫਿਰ ਇਹਨੂੰ ਕਹਿਣ ਲੱਗਿਆ ਕਹਿੰਦਾ ਮੇਰਾ ਨੀ ਸਰਦਾ ਕਹਿੰਦਾ ਤੇਰੇ ਬਿਨਾ ਤੇ ਅੱਜ ਮੈਂ ਆਊਂਗਾ ਹੀ ਆਊਂਗਾ ਇਹ ਵਿਚਾਰੀ ਮਜਬੂਰ ਸੀ ਇਹਨੇ ਸਾਨੂੰ ਅੱਜ ਮੈਨੂੰ ਫੋਨ ਕੀਤਾ ਮੇਰੇ ਕੋਲ ਰਿਕਾਰਡਿੰਗ ਹੈ ਜਦੋਂ ਇਹਨੇ ਫੋਨ ਕੀਤਾ ਮੈਂ ਕਿਹਾ ਸਾਨੂੰ ਇਹ ਸ਼ੱਕ ਸਾਡੇ ਤੇ ਪਰਚਾ ਦੇ ਦੇ ਪੁਲਿਸ ਜੋ ਮਰਜ਼ੀ ਕਰਨਾ ਕਰਦੇ ਅਸੀਂ ਤੇਰੀ ਮਦਦ ਕਰਾਂਗੇ ਵਿਰਕ ਸਾਹਿਬ ਮੇਰੇ ਨਾਲ ਪਿੰਡ ਦੇ ਸਾਰੇ ਬੰਦੇ ਆ ਅਸੀਂ ਇੱਥੇ ਲੋਕ ਕੇ ਬੈਠੇ ਇਹ ਆਇਆ ਵਿਚਾਰੀ ਨਾਲ ਬਲਾਤਕਾਰ ਕਰ ਰਿਹਾ ਸੀ ਮੈਂ ਉਸ ਤੋਂ ਆ ਕੇ ਵੀਡੀਓ ਬਣਾਈ ਤੇ ਇਹ ਸਾਰਾ ਕੁਝ ਦੱਸਿਆ ਇਹਨੇ ਤੇ ਅਸੀਂ ਦੇਖ ਲਓ ਇਹਦੇ ਕੋਈ ਕਿਸੇ ਨੇ ਕੁਛ ਮਾਰਿਆ ਨੀ ਕੁਛ ਕਰਿਆ ਨੀ ਅਸੀਂ ਇਹਨੂੰ ਪੁਲਿਸ ਦੇ ਹਵਾਲੇ ਦੇਵਾਂਗੇ ਇਹ ਵਿਚਾਰੀ ਦਾ ਉਹ ਹਾਲ ਕਰਿਆ ਹੋਇਆ ਦੰਦੀਆਂ ਪੜ ਪੜੇ ਨੇ ਸੋ ਇਹ ਵਿਚਾਰੀ ਦਿਖਾ ਨਹੀਂ ਸਕਦੀ ਤੇ ਵਿਰਕ ਸਾਹਿਬ ਮਿਹਰਬਾਨੀ ਕਰੋ ਇਹ ਗੁੰਡੇ ਲੋਕਾਂ ਦੀਆਂ ਇੱਜ਼ਤਾਂ ਨੂੰ ਪੈਂਦੇ ਆ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਜੇ ਕਰੇ ਇਸ ਕੇਸ ਦੀ ਜਾਂਚ FIR ਨੰਬਰ 40 ਥਾਣਾ ਕੈਂਟ ਦੀ ਜਾਂਚ ਸੈੱਟ ਬਣਾ ਕੇ ਹੋਣੀ ਚਾਹੀਦੀ ਵਿਰਕ ਸਾਹਿਬ ਨਹੀਂ ਅਸੀਂ ਆਤਮਦਾਹ ਕਰ ਦਾਂਗੇ ਤੇਰੇ ਦਫ਼ਤਰ ਦੇ ਮੂਹਰੇ ਆਤਮਦਾਹ ਕਰ ਦਾਂਗੇ